पापा कहते हम इदा लगता कि अगर साग खाना तो सू चूल्हा लैके आना पैना क्योंकि साड़ी जी गैस है 1100 रुपया सिलेंडर हो गया। आप कैसे बनाएंगे साग? चूल्हा लैके आएंगे। ਜਿਦਾਂ ਪਤਾ ਹੈ ਕਿ ਸਰਦੀਆਂ ਦਾ ਮੌਸਮ ਆ ਰਿਹਾ ਤੇ ਮੇਰੀ ਸਕਿਨ ਡਰਾਈ ਹੋਣ ਦਾ ਕਰਕੇ ਬਹੁਤ ਜਲਦੀ ਇਫੈਕਟ ਹੋ ਜਾਂਦੀ ਹੈ ਠੰਡ ਨਾਲ, ਪਰ ਜਿਹੜੀ ਇਹਦੀ ਅਪਰ ਲੇਅਰ ਉਹ ਬਿਲਕੁਲ ਕਰੈਕ ਹੋਣੀ ਸ਼ੁਰੂ ਹੋ ਗਈ ਹੈ। ਖਾਸ ਕਰਕੇ ਜਦੋਂ ਮੈਂ ਮੇਕਅਪ ਕਰਦੀ ਨਾ ਉਦੋਂ ਵਾਈਟ ਵਾਈਟ ਦਿਖਦੀ ਆ। ਪਿੱਛੇ ਜੇ ਮੇਰਾ ਸ਼ੂਟ ਵੀ ਸੀਗਾ ਉਦੋਂ ਮੈਨੂੰ ਬਹੁਤ ਦਿੱਕਤ ਆਈ, ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਯਾਰ ਕਿ ਘਰੇ ਇਵੈਂਟ ਚੱਲ ਰਿਹਾ ਵਾ, ਮੈਂ ਇੰਨੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਕਿੱਦਾਂ ਜਾਊਂਗੀ, ਹੈ ਨਾ। ਕਲੀਨਿਕ ਵਗੈਰਾ ਤੇ ਜਾਣਾ ਪੈਂਦਾ ਹੈ ਨਾ, ਤੁਹਾਨੂੰ ਪਤਾ ਪਿਓਰ ਸਕਿਨ ਦੀ ਮੈਨੂੰ ਸਭ ਤੋਂ ਵਧੀਆ ਚੀਜ਼ ਇਹੀ ਲੱਗਦੀ ਆ ਕਿ ਤੁਸੀਂ ਕੁਛ ਨਹੀਂ ਕਰਨਾ, ਘਰ ਬੈਠੇ ਬਸ ਆਨਲਾਈਨ ਕੰਸਲਟ ਕਰਨਾ ਆਪਣੇ ਡਾਕਟਰ ਨਾਲ, ਉਹਨੂੰ ਆਪਣੀਆਂ ਸਾਰੀਆਂ ਪ੍ਰੋਬਲਮਸ ਦੱਸਣੀਆਂ, ਘਰ ਬੈਠੇ ਤੁਹਾਨੂੰ ਕਿੱਟ ਮਿਲ ਜਾਣੀਆਂ ਤੁਹਾਡੇ ਸਕਿਨ ਦੇ ਅਕੋਰਡਿੰਗ। ਸੋ ਮੈਂ ਵੀ ਇਦਾਂ ਹੀ ਕੀਤਾ, ਮੇਰੀ ਸਕਿਨ ਇੰਨੀ ਜ਼ਿਆਦਾ ਖਰਾਬ ਹੋ ਰਹੀ ਸੀਗੀ ਕਿ ਮੈਂ ਆਪਣੇ ਡਾਕਟਰ ਨੂੰ ਪਿਓਰ ਸਕਿਨ ਐਪ ਨੇ ਜੋ ਮੈਨੂੰ ਪਰਸਨਲੀ ਡਾਕਟਰ ਦਿੱਤੇ ਨੇ, ਸੋ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਸਾਰੀ, ਉਹਨਾਂ ਨੇ ਮੈਂ ਆਪਣੀ ਪ੍ਰੋਬਲਮ ਦੱਸੀ ਤਾਂ ਉਹਨਾਂ ਨੇ ਮੈਨੂੰ ਜਿਹੜੀ ਮੇਰੇ ਅਕੋਰਡਿੰਗਲੀ ਜਿਹੜੇ ਪ੍ਰੋਡਕਟ ਸੀਗੇ ਬਣਾ ਕੇ ਭੇਜੇ ਆ, ਸੋ ਮੈਨੂੰ ਬਹੁਤ ਵਧੀਆ ਲੱਗਾ। ਸੋ ਤੁਹਾਨੂੰ ਵੀ ਕਿਤੇ ਜਾਣ ਦੀ ਜ਼ਰੂਰਤ ਨਹੀਂ ਪੈਣੀ, ਡਾਕਟਰਾਂ ਕੋਲੋਂ ਜਾਓ, ਅਪੋਇੰਟਮੈਂਟ ਲਓ, ਲਾਈਨਾਂ 'ਚ ਖੜੇ ਰਹੋ, ਕੁਛ ਇੱਦਾਂ ਦੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਪਿਓਰ ਸਕਿਨ ਐਪ ਜਿਹੜੀ ਹੈਗੀ ਹੈ ਨਾ ਸਿਰਫ ਸਾਡੀ ਸਕਿਨ ਨੂੰ ਕਿਓਰ ਨਹੀਂ ਕਰਦਾ, ਜੈਨੂਅਲੀ ਕੇਅਰ ਕਰਦੇ ਨੇ। ਜਿਹੜੇ ਇਹਨਾਂ ਦੇ ਕੋਲ ਡਰਮਟੋਲੋਜਿਸਟ ਹੈਗੇ ਨੇ, ਸਰਟੀਫਾਈਡ ਹੈਗੇ ਨੇ ਬਿਲਕੁਲ, ਜਿਹੜੇ ਮੈਨੂੰ ਪ੍ਰੋਡਕਟ ਮਿਲੇ ਉਹ ਮੇਰੀ ਸਕਿਨ ਅਕੋਰਡਿੰਗ ਮਿਲੇ ਆ, ਤੁਹਾਨੂੰ ਤੁਹਾਡੀ ਸਕਿਨ ਅਕੋਰਡਿੰਗ ਮਿਲਣਗੇ। ਆਪਾਂ ਇੰਨੇ ਬਿਜ਼ੀ ਸ਼ਡਿਊਲ 'ਚ ਹੈਗੇ ਯਾਰ, ਐਟਲੀਸਟ ਕੋਈ ਚੀਜ਼ ਤਾਂ ਆਸਾਨ ਹੋ ਜਾਵੇ, ਕੋਈ ਤਰੀਕਾ ਤਾਂ ਇੱਦਾਂ ਦਾ ਹੋ ਜਾਵੇ ਕਿ ਆਪਾਂ ਨਾ ਆਪਣੀ ਸਕਿਨ ਦੀ ਕੇਅਰ ਤਾਂ ਈਜ਼ੀਲੀ ਕਰ ਸਕੀਏ ਨਾ। ਪਿਓਰ ਸਕਿਨ ਐਪ ਨੇ ਤੁਹਾਨੂੰ ਇਹ ਤਾਂ ਚੀਜ਼ ਪ੍ਰੋਵਾਈਡ ਕਰ ਦਿੱਤੀ ਆ। ਹਾਂ ਸੱਚ, ਇੱਕ ਹੋਰ ਗੱਲ, ਅਗਰ ਮੈਂ ਹੋਰ ਪ੍ਰੋਡਕਟ ਯੂਜ਼ ਕਰਨ 'ਚ ਲੱਗੀ ਰਹਿੰਦੀ ਜਦੋਂ ਮੇਰੀ ਸਕਿਨ ਖਰਾਬ ਹੋ ਗਈ ਸੀ ਨਾ ਕਿ ਮੈਂ ਉਹ ਲਗਾ ਲਾ, ਚੱਲ ਮੈਨੂੰ ਅੱਜ ਰਿਜ਼ਲਟ ਦੇਖਣ ਨੂੰ ਮਿਲ ਜੂਗਾ, ਪਰਸੋਂ ਮੈਂ ਦੇਖਣ ਨੂੰ ਮਿਲ ਜੂਗਾ, ਮੈਂ ਇਸੇ ਉਡੀਕ 'ਚ ਸਾਰੇ ਵਿੰਟਰ ਕੱਢ ਦੇਣੇ ਸੀ ਲੇਕਿਨ ਮੈਨੂੰ ਰਿਜ਼ਲਟ ਨਹੀਂ ਦੇਖਣ ਨੂੰ ਮਿਲਣਾ। ਮੇਬੀ ਮਿਲਦਾ ਪਰ ਇੰਟਰਨਲੀ ਨਹੀਂ ਮਿਲਦਾ ਕਿਉਂਕਿ ਜੋ ਪਿਓਰ ਸਕਿਨ ਐਪ ਹੈ ਨਾ ਉੱਥੇ ਜਿਹੜੇ ਸਾਨੂੰ ਡਾਕਟਰ ਮਿਲਦੇ ਨੇ ਉਹ ਜਿਹੜੇ ਪ੍ਰੋਡਕਟ ਸਾਨੂੰ ਭੇਜਦੇ ਨੇ ਸਾਡੀ ਸਕਿਨ ਦੇ ਅਕੋਰਡਿੰਗਲੀ ਉਹ ਇੰਟਰਨਲੀ ਇਫੈਕਟ ਕਰਦੇ ਆ ਨਾ, ਸੋ ਤੁਹਾਨੂੰ ਅੰਦਰੋਂ ਵਧੀਆ ਕਰਦੇ ਤਾਂ ਜੋ ਤੁਹਾਡੀ ਜਿਹੜੀ ਸਕਿਨ ਹੈ ਨਾ ਹਮੇਸ਼ਾ ਲਈ ਵਧੀਆ ਹੋ ਜਾਵੇ। ਤੁਸੀਂ ਕਿਸੇ ਚੀਜ਼ ਦੇ ਫਾਲਤੂ ਪੈਸੇ ਨਹੀਂ ਦੇਣੇ ਹੈਗੇ, ਤੁਸੀਂ ਜਸਟ ਆਪਣੀ ਕਿੱਟ ਦੇ ਪੈਸੇ ਦੇਣੇ ਆ ਕਿ ਸਭ ਕੁਝ ਤੁਹਾਨੂੰ ਫ੍ਰੀ ਹੈਗਾ। ਜਿੱਦਾਂ ਕਿ ਲਗਾ ਲਓ ਤੁਸੀਂ ਡਾਕਟਰ ਨਾਲ ਕੰਸਲਟ ਕਰਨਾ ਵਾ, ਤੁਹਾਨੂੰ ਐਨ ਮੌਕੇ ਤੇ ਕੋਈ ਪ੍ਰੋਬਲਮ ਪੈ ਗਈ, ਤੁਸੀਂ 24 ਘੰਟੇ ਕਦੋਂ ਵੀ ਚੈਟ ਜਾਂ ਫੋਨ ਦੇ ਥਰੂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਫਿਰ ਤੁਹਾਨੂੰ ਜਿਹੜੀ ਡਾਈਟ ਪਲਾਨ ਆ ਉਹ ਤੁਹਾਨੂੰ ਫ੍ਰੀ ਆਫ ਕਾਸਟ ਦਿੱਤਾ ਜਾਂਦਾ, ਫਿਰ ਤੁਸੀਂ 15 ਤੋਂ 20 ਦਿਨਾਂ ਦੇ ਵਿੱਚ ਜਿਹੜਾ ਇੱਕ ਰਿਮਾਈਂਡਰ ਆ ਉਹ ਤੁਹਾਨੂੰ ਆਪ ਪੁੱਛਣਗੇ ਕਿ ਤੁਹਾਡੀ ਸਕਿਨ ਕਿੱਦਾਂ ਹੈਗੀ ਕਿੱਦਾਂ ਨਹੀਂ ਹੈਗੀ। ਉਹ ਸਭ ਮੈਨੂੰ ਵਧੀਆ ਚੀਜ਼ਾਂ ਲੱਗਦੀਆਂ ਕਿ ਉਹ ਸਕਿਨ ਐਪ ਦੀਆਂ। ਜਿਹੜਾ ਮੇਰਾ ਪਹਿਲਾਂ ਦਾ ਸਕਿਨ ਅਨਾਲਿਸਿਸ ਸੀਗਾ ਤੇ ਹੁਣ ਦਾ ਸਕਿਨ ਅਨਾਲਿਸਿਸ 'ਚ ਕਾਫੀ ਫਰਕ ਪਿਆ ਹੈ। ਉਹ 'ਚ ਉੱਪਰ ਥੱਲੇ ਚੀਜ਼ਾਂ ਹੁੰਦੀਆਂ ਰਹਿੰਦੀਆਂ ਮੌਸਮ ਦੇ ਨਾਲ, ਲੇਕਿਨ ਮੇਰੀ ਸਕਿਨ ਬਹੁਤ ਹੈਲਦੀ ਹੋ ਚੁੱਕੀ ਅੱਗੇ ਨਾਲੋਂ। ਸੋ ਅਗਰ ਤੁਸੀਂ ਹਜੇ ਤੱਕ ਵੀ ਕਿਓਰ ਸਕਿਨ ਐਪ ਨਾਲ ਨਹੀਂ ਜੁੜੇ ਤਾਂ ਜਲਦੀ ਜਲਦੀ ਜਾਓ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਵਾ, ਨਾਲੇ ਤੁਸੀਂ ਸਾਡਾ ਕੋਡ ਜ਼ਰੂਰ ਯੂਜ਼ ਕਰਿਓ MCV275, ਤੁਹਾਨੂੰ 275 ਰੁਪਏ ਆਫ ਮਿਲੇਗੀ ਤੁਹਾਡੀ ਪਰਚੇਸ ਤੇ। ਇਹ ਸਿਰਫ ਪਹਿਲੇ 300 ਸਬਸਕ੍ਰਾਈਬਰਾਂ ਵਾਸਤੇ ਆ, ਜਿਹੜੇ 300 ਪਹਿਲੇ ਸਬਸਕ੍ਰਾਈਬਰ ਸਾਡਾ ਕੋਡ ਯੂਜ਼ ਕਰਨਗੇ ਉਹਨਾਂ ਨੂੰ 275 ਰੁਪਏ ਆਫ ਮਿਲ ਜਾਊਗੀ। ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ, ਅਗਰ ਤੁਹਾਨੂੰ ਉੱਥੋਂ ਨਹੀਂ ਪਤਾ ਲੱਗਦਾ ਤਾਂ ਤੁਸੀਂ ਕਮੈਂਟ ਦੇ ਵਿੱਚ ਵੀ ਜਾ ਕੇ ਦੇਖ ਸਕਦੇ ਹੋ, ਮੈਂ ਉੱਥੇ ਵੀ ਉਹਨਾਂ ਦਾ ਲਿੰਕ ਪਿੰਨ ਕੀਤਾ ਆ। ਇੰਨੀ ਜ਼ਿਆਦਾ ਮਿਹਨਤ ਤੋਂ ਬਾਅਦ ਕੁਬੇਰ ਨੂੰ ਸੁਆ ਦਿੱਤਾ ਵਾ ਤੇ ਹੁਣ ਮੈਂ ਲੱਗੀ ਹਾਂ ਆਪਣੇ ਗਮਲਿਆਂ ਦਾ ਕੰਮ ਕਰਨ, ਕਿਉਂਕਿ ਗਾਰਡਨ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ। ਗਾਰਡਨ ਕਲੀਨ ਕਰ ਦਵਾਂ, ਫਿਰ ਉਸ ਤੋਂ ਬਾਅਦ ਅੱਗੇ ਹੋਰ ਵੀ ਬਹੁਤ ਸਾਰੇ ਕੰਮ ਹੈਗੇ ਉਹ ਵੀ ਕਰਨੇ ਆ। ਪਹਿਲਾਂ ਮੈਂ ਇਹ ਕੰਮ ਨਿਬੇੜਾਂ, ਫਿਰ ਤੁਹਾਨੂੰ ਅੱਗੇ ਮਿਲਦੀ ਲਾਟੀ ਇੱਧਰ ਵਲੌਗ ਐਡਿਟ ਕਰਦੇ। ਇਸ ਤੋਂ ਬਾਅਦ ਇਹਨਾਂ ਨੇ ਬਾਜ਼ਾਰ ਜਾਣਾ ਵਾ ਇੱਕ ਚੀਜ਼ ਬਣਾਉਣ ਵਾਸਤੇ ਜਿਹੜੀ ਇਵੈਂਟ ਲਈ ਬਹੁਤ ਜ਼ਿਆਦਾ ਜ਼ਰੂਰੀ ਆ, ਤੇ ਉਹ ਬਣਾਉਣ ਜਾਣਾ ਵਾ। ਅਗਰ ਪੋਸੀਬਲ ਹੋਗੀ ਤਾਂ ਠੀਕ ਹੈ, ਨਹੀਂ ਤਾਂ ਫਿਰ ਜੋ ਰੱਬ ਨੂੰ
ਨੂੰ ਮਨਜ਼ੂਰ ਵੈਸੇ ਕੋਸ਼ਿਸ਼ ਤਾਂ ਕਰ ਰਿਹਾ ਬਣ ਜਾਵੇ ਬਟਾਲੇ ਦੀ ਇਹ ਦਿੱਕਤ ਹੈ ਤੇ ਇੱਥੇ ਨਾ ਬਹੁਤ ਲਿਮਿਟਡ ਚੀਜ਼ਾਂ ਆ ਨਾ ਜਿਹੜੀ ਹੈਗੀ ਆ ਪ੍ਰੋਬਲਮ ਇਹ ਆ ਨਾ ਕਿ ਆਪਾਂ ਲੇਟ ਕੰਮ ਵਾਲਾ ਸ਼ੁਰੂ ਕੀਤਾ ਪਹਿਲਾਂ ਕਿਸੇ ਤੇ ਡਿਪੈਂਡ ਹੀ ਏ ਉਹ ਕੰਪਲੀਟ ਐਕਚੁਅਲੀ ਅਸੀਂ ਨਾ ਆਨਲਾਈਨ ਬਣਵਾ ਰਹੇ ਸੀਗੇ ਤੇ ਉਹ ਕਹ ਰਹੇ ਬਣ ਜੂਗਾ ਐਂਡ ਮੌਕੇ ਤੇ ਆਣ ਕੇ ਕਹਿੰਦੇ ਬਹੁਤ ਜ਼ਿਆਦਾ ਕੋਸਟਲੀ ਬਣ ਰਿਹਾ ਆ ਤੇ ਅਸੀਂ ਉਹਨਾਂ ਨੂੰ ਬੋਲਿਆ ਕਿ ਕੋਸਟਲੀ ਵਾਲੀ ਕੋਈ ਗੱਲ ਨਹੀਂ ਤੁਸੀਂ ਬਣਵਾ ਦਿਓ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕੋਈ ਜਵਾਬ ਜਵੂ ਵੀ ਨਹੀਂ ਦਿੱਤਾ ਮੈਸੇਜ ਵੀ ਨਹੀਂ ਕੀਤਾ ਉਹਨਾਂ ਨੇ ਫਿਰ ਉਸਦਾ ਕਰਕੇ ਸਾਡੇ 4 ਦਿਨ ਵੇਸਟ ਹੋਏ ਔਰ ਚੌਥੇ ਦਿਨ ਤੋਂ ਬਾਅਦ ਹੁਣ 5ਵੇਂ ਦਿਨ ਅਸੀਂ ਆਪ ਹੀ ਡਿਸੀਜਨ ਲਿਆ ਕੇ ਅਸੀਂ ਆਪ ਹੀ ਬਣਵਾ ਲੈਣੇ ਬਟਾਲੇ ਲਾਡੀ ਨੇ ਪੁੱਛਿਆ ਸੀਗਾ ਤੇ ਲੇਕਿਨ ਬਟਾਲੇ ਫਿਰ ਇਦਾਂ ਸੀਗਾ ਕਿ ਉਹ ਕਹਿੰਦੇ ਪਏ ਕਿ ਆਪਾਂ ਬਣਾ ਦਿੰਨੇ ਆ ਪਰ ਉਹਨੂੰ ਅਸੀਂ ਫਾਈਨਲ ਤਾਂ ਕਰ ਦਿੰਦੇ ਫੇਰ ਹੀ ਬਣਦਾ ਨਾ ਹੁਣ ਲਾਡੀ ਅੱਜ ਚੱਲੇ ਆ ਤੇ ਦੇਖੋ ਹੁਣ ਜੇ 2-3 ਦਿਨਾਂ 'ਚ ਬਣ ਗਿਆ ਤੇ ਫਿਰ ਇਵੈਂਟ ਤੇ ਉਹ ਚੀਜ਼ ਵੀ ਤੁਹਾਨੂੰ ਦੇਖਣ ਨੂੰ ਮਿਲੂਗੀ ਮੰਮਾ ਤੇ ਦੀਦੀ ਲੱਗਦਾ ਬਾਜ਼ਾਰ ਤੋਂ ਆ ਗਏ ਆ ਦੀਦੀ ਇੱਥੇ ਰੁਕੇ ਸੀ 2-3 ਦਿਨ ਵਾਸਤੇ ਕਿਉਂਕਿ ਕਾਫੀ ਟਾਈਮ ਹੋ ਗਿਆ ਦੀਦੀ ਰੁਕੇ ਨਹੀਂ ਸੀਗੇ ਤੇ ਉਹ ਵੀ ਇਵੈਂਟ ਦੀ ਸ਼ਾਪਿੰਗ ਕਰਨੀ ਆ ਨਾ ਤੇ ਮੈਂ ਆਪਾਂ ਦੇਖਿਆ ਉਹਨੇ ਕਿ ਦੀਦੀ ਮੰਮਾ ਕੀ ਲੈ ਕੇ ਆਏ ਤੁਸੀਂ ਬੜਾ ਟਾਈਮ ਲਾ ਕੇ ਆਈਆਂ ਮਾਵਾਂ ਧੀਆਂ ਮੇਰੇ ਵਾਸਤੇ ਕੀ ਲੈ ਕੇ ਆਏ ਆ ਸੋਹਣਾ ਪ੍ਰਿੰਟ ਸੋਹਣਾ ਸੂਟ ਦਾ ਬਲੂ ਕਲਰ ਬਸ ਇੰਨੀ ਕੁ ਸ਼ੋਪਿੰਗ ਕੀਤੀ ਇੰਨੇ ਚਿਰ ਨੂੰ ਤਾਂ ਅੱਧਾ ਬਾਜ਼ਾਰ ਲੁੱਟ ਕੇ ਲੈ ਆਈਦਾ ਅੱਛਾ ਨਾਲ ਉਹ ਮੰਮਾ ਦਾ ਹਾਏ ਕਿੱਡਾ ਪਿਆਰਾ ਵਾ ਮੈਨੂੰ ਪਸੰਦ ਹੀ ਆ ਗਿਆ ਸੋਹਣਾ ਵਾ ਪ੍ਰਿੰਟ ਬਹੁਤ ਸੋਹਣਾ ਕਲਰ ਸੋਹਣਾ ਵਾ ਮਰੂਨ ਜਿਹਾ ਨਾ ਮੰਮਾ ਤੇ ਦੀਦੀ ਆ ਗਏ ਸ਼ੋਪਿੰਗ ਕਰਕੇ ਨਾਲ ਸਾਡੀ ਵੀ ਲੈ ਕੇ ਆਏ ਸਮਾਨ ਮੈਂ ਹੁਣ ਪਾ ਕੇ ਟਰਾਈ ਕਰਕੇ ਦੇਖੂ ਸੋਹਣਾ ਬੜਾ ਵਾ ਮੈਨੂੰ ਥੋੜਾ ਕਲਰ ਹੈ ਕਿਉਂਕਿ ਮੈਂ ਲਾਈਟ ਕਲਰ ਬਹੁਤ ਘੱਟ ਪਾਉਂਦੀ ਹਾਂ ਉਹਦਾ ਡਿਜ਼ਾਈਨ ਬਹੁਤ ਸੋਹਣਾ ਪਰ ਜਿਹੜਾ ਬਾਰਡਰ ਤੇ ਡਿਜ਼ਾਈਨ ਆ ਨਾ ਉਹ ਬੜਾ ਪਿਆਰਾ ਔਰ ਦੀਦੀ ਕਹਿੰਦੇ ਬਲੈਕ ਜੀਨ ਨਾਲ ਪਾਈ ਉਹ ਜ਼ਿਆਦਾ ਵਧੀਆ ਲੱਗੂ ਹੁਣ ਮੈਂ ਦੋਨੋਂ ਜੀਨਸ ਨਾਲ ਟਰਾਈ ਕਰਕੇ ਦੇਖਦੀ ਕਿੱਦਾਂ ਦਾ ਲੱਗਦਾ ਬਾਅਦ ਮੈਂ ਗਮਲਿਆਂ ਦਾ ਕੰਮ ਕਰਦਾ ਗਾਰਡਨ ਪੂਰਾ ਬਿਖਰਿਆ ਪਿਆ ਉਹਨੂੰ ਸਵਾਰਾਂ ਪਹਿਲਾਂ ਸਾਡੇ ਨਾ ਗਵਾਂਢ 'ਚ ਵਿਆਹ ਹੈਗਾ ਨੱਚੇ ਅਸੀਂ ਘਰੇ ਜਾਣ ਡਏ ਆ ਤੇ ਜਾਗੂ ਗਵਾਂਢੀਆਂ ਦਾ ਏ ਹਰਮੋਨੀਅਮ ਵਾਲਾ ਤੇ ਢੋਲਕੀ ਛਾਣੇ ਅੱਗੇ ਉਹਨੇ ਬੋਲੀ ਕਿਆ ਕਰ ਰਹੇ ਹੋ ਬੇਟਾ ਬੇਟੇ ਕਿਆ ਕਰ ਰਹਾ ਹੈ ਅੱਗੇ ਇਹਨਾਂ ਨੇ ਬੋਲੀ ਪਾਈ ਕਹਿੰਦੇ ਘੋੜਾ ਆਰ ਕੋਈ ਨਾ ਘੋੜਾ ਪਾਰ ਕੋਈ ਨਾ ਜਿਹਦੀ ਸੱਸ ਹੋਵੇ ਜਵਾਨ ਉਹਦਾ ਹਾਲ ਕੋਈ ਨਾ ਸੋ ਆਪਣੀ ਜਿਹੜੀ ਹੈਗੀ ਲਿਸਟ ਬਣ ਚੁੱਕੀ ਹੈ ਇਵੈਂਟ ਦੀ ਤੇ ਉਹਦੇ ਤੇ ਮੈਂ ਸਾਰੇ ਨਾਮ ਵਗੈਰਾ ਲਿਖ ਲਏ ਕੋਈ ਰਹਿਤ ਨਹੀਂ ਗਿਆ ਕਿਉਂਕਿ ਇਹ ਜਿਹੜਾ ਇਵੈਂਟ ਹੈ ਤੁਸੀਂ ਨੌ ਖਾਈ ਜਾਓ ਨੌ ਨਹੀਂ ਖਾ ਰਹੇ ਨਾ ਮਾਸ ਖਾ ਇਹ ਇਵੈਂਟ ਦੀ ਪੂਰੀ ਤਿਆਰੀ ਹੋ ਚੁੱਕੀ ਆ ਹੁਣ ਮੈਂ ਕੱਲ ਅੰਮ੍ਰਿਤਸਰ ਜਾਊਂਗੀ ਕਿਉਂਕਿ ਮੇਰੀ ਹਲੇ ਡਰੈਸ ਵਗੈਰਾ ਕੋਈ ਸਿਲੈਕਟ ਨਹੀਂ ਹੋਈ ਹੈਗੀ ਦੀਦੀ ਹੁਣੇ ਵੀ ਅੱਜ ਬਾਜ਼ਾਰ ਗਏ ਸੀ ਮੇਬੀ ਦੀਦੀ ਉਹਨਾਂ ਨੂੰ ਵੀ ਕੁਝ ਮਿਲਿਆ ਨਹੀਂ ਤੇ ਸਾਡਾ ਇਦਾਂ ਸੀਗਾ ਕਿ ਜਿਹੜਾ ਇਵੈਂਟ ਹੈਗਾ ਨਾ ਇਹ ਹੈਗਾ ਵਾ ਸਾਡੀ ਲਾਈਫ ਦੀ ਉਹ ਵਾਲਾ ਟਾਈਮ ਜਿਹੜਾ ਅਸੀਂ ਕਦੋਂ ਦਾ ਸੋਚਿਆ ਸੀ ਦੋਨਾਂ ਜਣਿਆਂ ਨੇ ਕਿ ਜਦੋਂ ਵੀ ਅਸੀਂ ਆਪਣਾ ਕੋਈ ਚੀਜ਼ ਸ਼ੁਰੂ ਕਰਾਂਗੇ ਤਾਂ ਉਦੋਂ ਅਸੀਂ ਇੱਕ ਲਾਂਚ ਪਾਰਟੀ ਰੱਖਾਂਗੇ ਤੇ ਲਾਂਚ ਪਾਰਟੀ ਤੇ ਆਪਾਂ ਜਿਹੜੇ ਹੈਗੇ ਆਪਣੇ ਖਾਸ ਦੋਸਤ ਜਿਹੜੇ ਉਹਨਾਂ ਨੂੰ ਬੁਲਾਇਆ ਹੈ ਬਾਕੀ ਤੁਸੀਂ ਸਾਰੇ ਜਣੇ ਜ਼ਰੂਰ ਇੰਜੋਏ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਜ਼ਿਆਦਾ ਤੋਂ ਜ਼ਿਆਦਾ ਜਲਦੀ ਜਲਦੀ ਆਪਣੀ 4 ਲੱਖ ਦੀ ਫੈਮਿਲੀ ਕੰਪਲੀਟ ਕਰਨੀ ਆ ਆਪਾਂ ਤੇ ਫਿਰ ਕਬੀਰ ਦੀ ਲੋਹੜੀ ਵੀ ਆਉਣ ਵਾਲੀ ਆ ਤੇ ਇਵੈਂਟ ਦੇ ਵਿੱਚ ਹੈਗਾ ਬਾਕੀ ਆਪਾਂ ਨਾ ਜ਼ਿਆਦਾ ਕੁਛ ਨਹੀਂ ਕੀਤਾ ਹੈਗਾ ਬਸ ਇੰਜੋਏ ਕਰਾਂਗੇ ਥੋੜੀਆਂ ਬਹੁਤੀਆਂ ਗੇਮਸ ਖੇਡਾਂਗੇ ਤੇ ਜ਼ਿਆਦਾਤਰ ਕਪਲ ਆਣੇ ਆ ਤੇ ਇਸ ਵਲੌਗ ਦੇ ਨੀਚੇ ਨਾ ਕਮੈਂਟ ਕਰ ਦਿਓ ਕੋਈ ਗੇਮਸ ਜਿਹੜੀਆਂ ਤੁਸੀਂ ਚਾਹੁੰਦੇ ਆ ਕਿ ਕਪਲਸ ਖੇਡਣ ਤੇ ਦੇਖਣਾ ਚਾਹੋਗੇ ਕਿ ਹਾਂ ਆਹ ਵਾਲੀ ਗੇਮ ਜਿਹੜੀ ਤੁਸੀਂ ਖੇਡਿਓ ਮੈਂ 1-2 ਗੇਮ ਸੋਚੀਆਂ ਵਾ ਮੈਨੂੰ ਅੱਜ ਲਿਖਣੀਆਂ ਪੈਣਗੀਆਂ ਬਟ ਮੈਨੂੰ ਇੰਨੀਆਂ ਇੰਟਰਸਟਿੰਗ ਨਹੀਂ ਲੱਗ ਰਹੀਆਂ ਕਿਉਂਕਿ ਜਿੱਦਾਂ ਸਾਰੇ ਕਪਲ ਆਣੇ ਨਾ ਮੋਸਟਲੀ ਉਹਨਾਂ ਲਈ ਕੋਈ ਯੂਨੀਕ ਜੀ ਇੰਟਰਸਟਿੰਗ ਜੀ ਗੇਮ ਅਗਰ ਤੁਹਾਡੇ ਦਿਮਾਗ 'ਚ ਹੋਏਗੀ ਤਾਂ ਕਮੈਂਟ ਕਰਿਓ ਜਿਹੜਾ ਇਹ ਆਪਾਂ ਇਵੈਂਟ ਕਰਨ ਲੱਗੇ ਨਾ ਇਹ ਆਪਣੀ ਜਿਹੜੀ ਲਾਈਫ ਦੀ ਇੱਕ ਨਵੀਂ ਸ਼ੁਰੂਆਤ ਆ ਤੇ ਆਪਣਾ ਇੱਕ ਨਵਾਂ ਕਦਮ ਹੈ ਤੇ ਕਨਸੈਪਟ ਜਿਹੜਾ ਹੈਗਾ ਉਹ ਬਹੁਤ ਡਿਫਰੈਂਟ ਆ ਅਜੇ ਤੱਕ ਉਸ ਫੀਲਡ ਵਿੱਚ ਇਦਾਂ ਦਾ ਕਨਸੈਪਟ ਕਦੀ ਨਹੀਂ ਆਇਆ ਤੇ ਇਹ ਵੀ ਸਾਰੇ ਦੇਖਿਓ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਵਾ 27 ਤਰੀਕ ਨੂੰ ਤੇ 26 ਨੂੰ ਦਾ ਇਵੈਂਟ ਆ ਨਾ ਵਲੌਗ ਤਾਂ 27 ਨੂੰ ਪੈਣਾ ਹਾਂ 26 ਨੂੰ ਟਾਈਮ ਨਹੀਂ ਨਾ ਲੱਗਣਾ ਵਲੌਗ ਪਾਉਣ ਦਾ ਹਾਂ ਤੇ 27 ਨੂੰ ਇਵੈਂਟ ਆ 27 ਨੂੰ ਤੁਹਾਨੂੂੰ ਪਤਾ ਲੱਗ ਜਾਣਾ ਕਿਸ ਚੀਜ਼ ਦੀ ਆ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀ ਵਧੀਆ ਲੱਗੂਗਾ ਮਮਾ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਆਪਾਂ ਇਸ ਵਾਰ ਫੇਰ ਕੁਝ ਨਵੀਂ ਚੀਜ਼ ਕਰਨ ਜਾ ਰਹੇ ਹਾਂ ਇਹੋ ਗੱਲ ਕਹਿੰਨੀ ਆ ਵੀ ਚਲੋ ਬੱਚਿਆਂ ਨੂੰ ਜਿਹੜਾ ਸਾਰਿਆਂ ਨੂੰ ਤਰੱਕੀ ਕਰਨੀ ਚਾਹੀਦੀ ਹੈ ਸਾਡੇ ਵੀ ਬੱਚੇ ਮਤਲਬ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਆ ਹੁਣ ਇਹਨਾਂ ਨੇ ਇੱਕ ਜਿਹੜਾ ਨਵਾਂ 26 ਤਰੀਕ ਨੂੰ ਪ੍ਰੋਗਰਾਮ ਕਰਨਾ ਉਹ ਤੁਸੀਂ ਦੇਖੋਗੇ ਪਸੰਦ ਹੋਵੇ ਤੁਸੀਂ ਵੀ ਇਹ ਕਹੋਗੇ ਵੀ ਵਾਕਿਆ ਮਾਂ ਪਿਓ ਦਾ ਇਹੋ ਆਸ਼ੀਰਵਾਦ ਹੈ ਵੀ ਸਾਡੇ ਬੱਚੇ ਇਸ ਤੋਂ ਹੋਰ ਵੱਧ ਤਰੱਕੀਆਂ ਕਰਨ ਅੱਜ ਮੰਮਾ ਨੂੰ ਪਾਪਾ ਨੂੰ ਦੀਦੀ ਨੂੰ ਪਹਿਲੀ ਵਾਰ ਵੀਡੀਓ ਦਿਖਾਈ ਉਹ ਵਾਲੀ ਉਹ ਕਨਸੈਪਟ ਦਿਖਾਇਆ ਕਿੱਦਾਂ ਲੱਗਾ ਇਹ ਸਾਨੂੰ ਤੇ ਬਹੁਤ ਵਧੀਆ ਲੱਗਿਆ ਇੱਕ ਨਵੀਂ ਚੀਜ਼ ਇਹਨਾਂ ਨੇ ਪੇਸ਼ ਕੀਤੀ ਮੈਨੂੰ ਬਹੁਤ ਜ਼ਿਆਦਾ ਯੂਨੀਕ ਕਨਸੈਪਟ ਲੱਗਿਆ ਮਤਲਬ ਇਹੋ ਜਿਹਾ ਚੀਜ਼ ਹੈ ਜਿਹੜੀ ਇੱਥੇ ਨਹੀਂ ਆਈ ਹਾਂ ਇੱਥੇ ਕੀ ਪਰ ਦੁਨੀਆ ਤੇ ਨਹੀਂ ਆਈ ਹੋਣੀ ਦੁਨੀਆ ਤੇ ਨਹੀਂ ਆਈ ਇਹ ਚੀਜ਼
एक डिफरेंट चीज है, बिल्कुल। और मेरे हिसाब ना ये चीज होनी इदा ही चाहिए, एग्जैक्टली इदा ही होनी चाहिए। ਸਾਡੇ ਵੀ ਅੱਗੇ ਜਿਹੜੇ ਹੈਗੇ ਅਸੀਂ ਵੀ ਸ਼ਾਇਦ ਇਹ ਚੀਜ਼ ਕਰੀਏ ਇਹਨਾਂ ਦੇ ਥਰੂ ਉਹ ਚੀਜ਼। ਬਟ ਨਾ ਆਪਾਂ ਬਹੁਤ ਜ਼ਿਆਦਾ ਐਕਸਪੈਂਸਿਵ ਆ ਤੇ ਡੇਟਸ ਦੇਖਣੀਆਂ ਪੈਣੀਆਂ ਵਾ, ਅਗਰ ਅਵੇਲੇਬਲ ਹੋਣੀਆਂ ਤਾਂ ਡੈਫੀਨਿਟਲੀ ਵੀ ਵਿਲ ਥਿੰਕ ਅਬਾਊਟ। ਥੋੜਾ ਐਕਸਪੈਂਸਿਵ ਕੋਈ ਗੱਲ ਨਹੀਂ, ਮਤਲਬ ਆਪਣੇ ਲਈ ਤਾਂ ਫ੍ਰੀ ਚ ਹੋ ਜਾਂਦਾ ਨਾ, ਅਸੀਂ ਵੀ ਕਰਨਾ ਪੈਂਦਾ ਆਪਣੇ ਆਪ ਦਾ ਫ੍ਰੀ ਚ ਕਰਨਾ, ਸਾਡੀ ਵੀ ਬਹੁਤ ਆਡੀਅנס ਆਈ ਹੈ। ਠੀਕ ਹੈ, असल च गल है कि जिहड़ी चीज आपां कर रहे ना वैसे एग्जैक्टली होनी इदां ही चाहीदी है जिद्दां आपां बनाई है, क्योंकि परसनली एक हुंदा ना कि जिद्दां नमक जिहड़ा हुंदा उह नमक दा ही टेस्ट दवे तां वधिया लगदा है, हुण आपां नमक कह के खंड खा लईए तां मजा नहीं आंदा। इसे तरीके नाल जो चीज है ना उह उही टेस्ट दी होनी चाहीदी है। इह जिहड़ी इन्हां ने चीज बनाई है इक बहुत नवें तरीके दी बनाई है, क्योंकि बहुत चिरां तों इक ही चीज तुरी आ रही सी ते इह उह सलाह करदे सी वी इहदे विच कोई ना कोई फर्क होणा चाहीदा नवीं चीज। बाकी जो इवेंट लॉन्च करांगे उच्च सारी कहानी समझावांगे, कंसेप्ट किद्दां दिमाग च आया ते की चीज ही सारी, ते उम्मीद करदा तुहानूं सारयां नूं बहुत वधिया लगूगा। चलो क्वांटिटी घट ते क्वालिटी दा ज्यादा ध्यान रख रहे हैं, क्योंकि इहदे च आपां जिहड़ी चीज जो भी चीजा यूज करने आ ना उह बहुत हाई क्वालिटी दीआं चीजा यूज कर रहे हैं। आपां तुहानूं अगर याद होवे आपां तुहाडे नाल पहलां एक वार शेयर कीता सीगा कि हुण तक दी असीं जिन्नी कु कमाई कीती है ना उहदा असीं 70-80% इहदे च इनवैसट कर चुके हां। सो असीं 70-80% च मेहनत कर चुके हां, रात रात जाके ओनू टाइम दिता है, पर असी होप बहुत ज्यादा करते हैं थोड़े सारे वालों की तुसी ओनू उन्ना ही ज्यादा सपोर्ट करोगे, इवेंट नू इंजॉय करियो। ए ते होगी गुड न्यूज, हुण दूसरी जिहड़ी है बैड न्यूज। बैड न्यूज ए है कि जिहड़ा गाना आपां लॉन्च करना हैगा हुणे ਉਹਨੂੰ ਥੋੜਾ ਜਿਹਾ ਡਿਲੇ ਕਰਨ ਲੱਗੇ ਆ ਈਵੈਂਟ ਦੇ ਕਰਕੇ, ਬਿਲਕੁਲ। ਤੇ ਈਵੈਂਟ ਤੋਂ ਬਸ ਜਾਂ ਨਾਲ ਹੀ ਕੰਪਲੀਟ ਹੁੰਦੇ ਬਾਅਦ ਤੁਹਾਨੂੰ ਗਾਣਾ ਵੀ ਦੇਖਣ ਨੂੰ ਮਿਲੂਗਾ। ਹਾਂ, ਤੇ ਸਾਰੇ ਜਣੇ ਰੀਲਸ ਬਣਾ ਕੇ ਸਾਨੂੰ ਜਰੂਰ ਭੇਜੋ, ਆਪਾਂ ਸ਼ੇਅਰ ਕਰਾਂਗੇ। ਗਾਣਾ ਬਹੁਤ ਸੋਹਣਾ ਵਾ, ਇਹ ਗਾਣਾ ਕਿਸੇ ਨੇ ਨਹੀਂ ਦੇਖਿਆ। ਹਾਂ, ਗਾਣਾ ਮੰਮਾ ਹੁਣਾਂ ਨੂੰ ਨਹੀਂ ਦਿਖਾਇਆ, ਆਹ ਤੋਂ ਬਾਅਦ ਨਾ ਮੇਰਾ ਪਹਿਲਾ ਗਾਣਾ ਆ, ਤੇ ਮੈਂ ਚਾਹੁੰਦੀ ਸੀਗੀ ਕਿ ਮੈਂ ਮੰਮਾ ਪਾਪਾ ਦਾ ਜਿਹੜਾ ਰਿਐਕਸ਼ਨ ਆ ਉਹ ਰਿਕਾਰਡ ਕਰੀਏ, ਇਸ ਲਈ ਨਾ ਤਾਂ ਮੈਂ ਵੀਡੀਓ ਦੇਖ ਪਾਈ ਨਾ ਤਾਂ ਦੀਦੀ ਨੂੰ ਵੀਡੀਓ ਦਿਖਾਈ ਆ, ਨਾ ਤਾਂ ਕਿਸੇ ਨੇ ਵੀਡੀਓ ਨਹੀਂ ਦੇਖੀ, ਸਿਰਫ ਲਾਡੀ ਨੇ ਦੇਖੀ। ਓਬਵੀਅਸਲੀ ਤੁਸੀਂ ਐਡੀਟਿੰਗ ਕਰ ਰਹੇ ਹੋ ਤਾਂ ਦੇਖਣੀ ਆ, ਮੈਂ ਬਹੁਤ ਜ਼ਿਆਦਾ ਐਕਸਾਈਟਡ ਆ, ਉਸ ਤੋਂ ਜ਼ਿਆਦਾ ਮੰਮਾ ਪਾਪਾ, ਪਹਿਲਾਂ 2 ਸਾਲ ਲੋਕਡਾਊਨ ਰਿਹਾ ਹਨਾ, ਮੈਂ ਵੀ ਬਹੁਤ ਜ਼ਿਆਦਾ ਐਕਸਾਈਟਡ ਆ, ਤੁਸੀਂ ਵੀ ਉਨੇ ਜ਼ਿਆਦਾ ਐਕਸਾਈਟਡ ਹੋਵੋਗੇ। ਅਗਰ ਤੁਸੀਂ ਸਪੋਰਟ ਕਰੀ ਜਾਓ ਮਨ ਚਾਨ ਤਾਂ ਫਿਰ ਮਤਲਬ ਕਹਿੰਦੇ ਹੁੰਦੇ ਨਾ ਪਿੱਛੇ ਨਹੀਂ ਹਟਦੇ, ਜਦੋਂ ਵੀ ਲਾਡੀ ਇੱਦਾਂ ਕੈਮਰਾ ਬਣਾਉਂਦੀ ਨਾ ਹਮੇਸ਼ਾ ਕਲਿੱਪ ਪੁੱਠੀ ਬਣਦੀ, ਐਡੀਟਿੰਗ 'ਚ ਉਹਨੂੰ ਸਿੱਧੀ ਕਰਨਾ ਪੈਂਦਾ, ਔਰ ਜਦੋਂ ਮੈਂ ਬਣਾਉਂਦੀ ਹਾਂ ਵਲੌਗ ਸੇਮ ਫੋਨ ਇੱਦਾਂ ਟੇਢਾ ਕਰਕੇ ਮੇਰੇ ਤੋਂ ਕਦੀ ਪੁੱਠੀ ਨਹੀਂ ਬਣਦੀ। ਹੁਣ ਅਸੀਂ 4 ਵਾਰ ਕਲਿੱਪ ਲੈ ਕੇ ਦੇ ਲਈ, ਹੁਣ ਅਸੀਂ ਇਹ 'ਚ ਪਾ ਕੇ ਦੇਦੇ ਹਾਂ ਜਿਹੜੀ ਮੈਂ ਕਲਿੱਪ ਲਈ ਆ ਉਹ ਸਿੱਧੀ ਹੁੰਦੀ ਕਿ ਪੁੱਠੀ, ਪਤਾ ਨਹੀਂ ਕੀ ਚੱਕਰ ਹੈ ਜਦੋਂ ਲਾਡੀ ਇੱਦਾਂ ਵਲੌਗ ਬਣਾਉਂਦੇ ਆ ਨਾ ਉਹ ਕਲਿੱਪ ਪੁੱਠੀ ਹੋ ਜਾਂਦੀ, ਫਿਰ ਐਡੀਟਿੰਗ 'ਚ ਜਾ ਪੋਜੀਸ਼ਨ ਚੇਂਜ ਕਰਨੀ ਪੈਂਦੀ। ਖੈਰ ਮੈਂ ਵਲੌਗ ਐਡਿਟ ਕਰਨ ਦੀ ਜਿਹੜੀ ਆਪਾਂ ਚੀਜ਼ ਲਾਂਚ ਕਰ ਰਹੇ ਹਾਂ ਐਡਿਟ ਕਰ ਰਹੇ ਹਾਂ, ਆਹ ਜਿਹੜਾ ਮਹੀਨਾ ਨੇ ਇਹਦੇ ਵਿੱਚ ਆਪਾਂ ਕਾਫੀ ਕੁਛ ਨਵੀਂ ਚੀਜ਼ ਕੀਤੀ ਆ। ਸੋ ਸੇਮ ਤਰੀਕੇ ਨਾਲ ਮੈਂ ਫੋਨ ਫੜਿਆ ਹੁਣ ਤੇ ਸੇਮ ਤਰੀਕੇ ਨਾਲ ਮੈਂ ਕਲਿੱਪ ਲੈ ਰਿਹਾ ਵਾਂ ਹੁਣ, ਅਗਰ ਇਹ ਕਲਿੱਪ ਪੁੱਠੀ ਆਈ ਨਾ ਦੇਖੀਏ ਪਤਾ ਕੀ ਬਣਦਾ ਵਾ।